ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜਸਗੁਰ ਆਇਆ ਤੁਹਾਡੇ ਨਾਲ ਇੱਕ ਗਰੀਬ ਘਰ ਦੇ ਮੁੰਡੇ ਦੀ ਦਾਸਤਾਨ ਸਾਂਝੀ ਕਰਨ ਜਾ ਰਿਹਾ ਹਾਂ। ਜੋ ਡਾਲਰ ਕਮਾਉਣ ਵਾਸਤੇ ਵਿਦੇਸ਼ਾਂ ਵਿੱਚ ਚਲਾ ਜਾਂਦਾ ਹੈ ਤੇ ਉੱਥੇ ਉਸ ਨਾਲ ਕੀ ਬੀਤੀ ਹੈ ਸੁਣਨਾ ਪਲੀਜ਼, ਚੰਗਾ ਲੱਗੇ ਤਾਂ ਸ਼ੇਅਰ ਕਰਨਾ। ਵੇ ਅੱਜ ਹੋ ਗਏ 12 ਸਾਲ ਵੀਰਾ, ਵੇ ਤੈਨੂੰ ਭੁੱਲ ਗਿਆ ਸਾਡਾ ਖਿਆਲ ਵੀਰਾ। ਹੋ ਗਏ 12 ਸਾਲ ਵੀਰਾ, ਵੇ ਤੈਨੂੰ ਭੁੱਲ ਗਿਆ ਸਾਡਾ ਖਿਆਲ ਵੀਰਾ। ਮਾਂ ਫੋਟੋ ਲਾ ਕੇ ਰੱਖਦੀ ਸੀ ਵੇ ਤੇਰੀ ਹਰ ਦਮ ਸੀਨੇ ਨਾਲ ਵੀਰਾ। ਅੱਜ ਸਭ ਕੁਝ ਇੱਥੇ ਛੱਡ ਕੇ ਹੀ, ਅੱਜ ਸਭ ਕੁਝ ਇੱਥੇ ਛੱਡ ਕੇ ਹੀ ਖੁਦ ਮੁੜ ਗਈ ਵੇ ਵੀਰਾ। ਪੁੱਤ ਪੁੱਤ ਕਰਦੀ ਮਾਂ ਜਹਾਨੋ ਤੁਰ ਗਈ ਵੇ ਵੀਰਾ। ਪੁੱਤ ਪੁੱਤ ਕਰਦੀ ਮਾਂ ਜਹਾਨੋ ਤੁਰ ਗਈ ਵੇ ਵੀਰਾ। ਨੀ ਗੱਲ ਸੁਣ ਮੇਰੀ ਨਿੱਕੀ ਏ ਭੈਣੇ, ਨੀ ਤੈਨੂੰ ਦਿਲ ਦੀ ਗੱਲ ਸੁਣਾਉਂਦਾ ਮੈਂ। 12 ਸਾਲਾਂ ਤੋਂ ਜੇਲ ਬੈਠਾ ਨੀ, ਦੱਸ ਕਿੱਦਾਂ ਵਤਨੀ ਆਉਂਦਾ ਮੈਂ। 12 ਸਾਲਾਂ ਤੋਂ ਜੇਲ ਬੈਠਾ ਨੀ, ਦੱਸ ਕਿੱਦਾਂ ਵਤਨੀ ਆਉਂਦਾ ਮੈਂ। ਜੇ ਮੈਂ ਵੀ ਮਾਂ ਦੇ ਕੋਲ ਹੁੰਦਾ ਹੈ, ਨੀ ਜੇ ਮੈਂ ਵੀ ਮਾਂ ਦੇ ਕੋਲ ਹੁੰਦਾ ਇਹ ਪੁੰਨ ਕਮਾ ਲੈਂਦਾ ਹੈ। ਰੋਕਤ ਨਹੀਂ ਸੀ ਸਕਦਾ ਨੀ ਮਾਂ ਨੂੰ ਲਾਂਬੂ ਲਾ ਲੈਂਦਾ ਹਾਂ। ਰੋਕਤ ਨਹੀਂ ਸੀ ਸਕਦਾ ਨੀ ਮਾਂ ਨੂੰ ਲਾਂਬੂ ਲਾ ਲੈਂਦਾ। ਵੇ ਬੀਤੇ ਦਿਨ ਵਾਪਸ ਆਵਣਗੇ ਉਸ ਦਿਨ ਦੀ ਆਸ ਲਗਾ ਕੇ। ਵੇ ਵੀਰਾ ਰਹੀ ਮਾਂਜ ਦੀ ਭਾਂਡੇ ਮਾਂ ਲੋਕਾਂ ਦੇ ਘਰ ਘਰ ਜਾ ਕੇ। ਵੇ ਵੀਰਾ ਰਸ ਦਿਨ ਦੀ ਆਸ ਲਗਾ ਕੇ। ਵੇ ਵੀਰਾ ਰਹੀ ਮਾਂਜ ਦੀ ਭਾਂਡੇ ਮਾਂ ਲੋਕਾਂ ਦੇ ਘਰ ਘਰ ਜਾ ਕੇ। ਵੇ ਵੀਰਾ ਰਹੀ ਮਾਂਜ ਦੀ ਭਾਂਡੇ ਮਾਂ ਲੋਕਾਂ ਦੇ ਘਰ ਘਰ ਜਾ ਕੇ। ਵੇ ਨਾ ਤੂੰ ਆਇਆ ਨਾ ਦਿਨ ਆਏ ਹੋਏ, ਨਾ ਤੂੰ ਆਇਆ ਨਾ ਦਿਨ ਆਏ ਜ਼ਿੰਦਗੀ ਥੁੜ ਗਈ ਵੇ ਵੀਰਾ। ਪੁੱਤ ਪੁੱਤ ਕਰਦੀ ਮਾਂ ਜਹਾਨੋ ਤੁਰ ਗਈ ਵੇ ਵੀਰਾ ਹੈ। ਪੁੱਤ ਪੁੱਤ ਕਰਦੀ ਮਾਂ ਜਹਾਨੋ ਤੁਰ ਗਈ ਵੇ ਵੀਰਾ। ਨੀ ਪਹਿਲਾਂ ਨਿੱਕੀ ਉਮਰੇ ਛੱਡ ਤੁਰ ਗਿਆ ਨੀ ਬਾਪੂ ਨਾ ਸਾਥ ਨਿਭਾ ਸਕਿਆ। ਜੇ ਹੁੰਦਾ ਪੜਿਆ ਨੌਕਰੀ ਲੱਗ ਜਾਂਦਾ ਮੈਂ ਇੱਕ ਦਿਨ ਨਾ ਸਕੂਲੇ ਜਾ ਸਕਿਆ। ਜੇ ਹੁੰਦਾ ਪੜਿਆ ਨੌਕਰੀ ਲੱਗ ਜਾਂਦਾ ਮੈਂ ਇੱਕ ਦਿਨ ਨਾ ਸਕੂਲੇ ਜਾ ਸਕਿਆ। ਨੀ 5 ਭੈਣਾਂ ਦਾ ਮੈਂ ਵੀਰ ਕੱਲਾ ਹੈ, 5 ਭੈਣਾਂ ਦਾ ਮੈਂ ਵੀਰ ਕੱਲਾ ਨੀ ਦੱਸ ਕਿਵੇਂ ਵਿਆਹ ਲੈਂਦਾ। ਰੋ ਕੇ ਤੇ ਨਹੀਂ ਸੀ ਸਕਦਾ ਨੀ ਮਾਣੂ ਲਾਂਬੂ ਲਾ ਲੈਂਦਾ ਹੈ। ਰੋ ਕੇ ਤੇ ਨਹੀਂ ਸੀ ਸਕਦਾ ਨੀ ਮਾਣੂ ਲਾਂਬੂ ਲਾ ਲੈਂਦਾ। ਥੈਂਕ ਯੂ।